حضرت مولانا عبد المنان نور پوری رحمت اللہ علیہ حافظ عبد المنان نور پوری رحمت اللہ علیہ انہاں اپنی بیٹی دا رشتہ اپنے شاگرد نال کیتا اپنے ایک شاگرد نال اپنی بیٹی دا نکاح پڑھا دیتا اللہ دیاں مرضیاں سال ڈیڑھ کچھ سال نکاح رہا ਫਿਰ ਉਹਨੇ ਆਪ ਦੀ ਬੇਟੀ ਨੂੰ ਤਲਾਕ ਦੇ ਦਿੱਤੀ ਹਾਫਿਜ਼ ਅਬਦੁਲ ਮੰਨਾ ਨੂਰਪੁਰੀ ਰਾਮ ਬਹੁਤ ਬੜੇ ਮੁਹੱਦਸ ਗੁਜ਼ਰੇ ਨੇ ਹਾਫਿਜ਼ ਅਬਦੁਲ ਮੰਨਾ ਨੂਰਪੁਰੀ ਰਹਿਮਤੁੱਲਾਹ ਅਲੈ ਉਹਨਾਂ ਦੀ ਬੇਟੀ ਨੂੰ ਉਹਨਾਂ ਦੇ ਸ਼ਾਗਿਰਦ ਨੇ ਤਲਾਕ ਦੇ ਦਿੱਤੀ ਹਾਫਿਜ਼ ਸਾਹਿਬ ਆਪਣੀ ਬੇਟੀ ਨੂੰ ਆਪਣੇ ਘਰ ਲੈ ਕੇ ਆ ਗਏ ਬੱਚੇ ਕਿਉਂਕਿ ਛੋਟੇ ਛੋਟੇ ਸਨ ਮਾਂ ਦੇ ਨਾਲ ਆ ਗਏ ਤੇ ਜਨਾਬ ਸਪੈਸ਼ਲ ਆਪਣੇ ਘਰ ਦੀ ਬੈਠਕ ਵਿੱਚ ਬੁਲਾ ਕੇ ਬੱਚਿਆਂ ਨੂੰ ਬੁਲਾ ਕੇ ਸ਼ਾਗਿਰਦ ਨੂੰ ਮਿਲਾਇਆ ਫਰਮਾਇਆ ਪੁੱਤਰ ਠੀਕ ਹੈ ਤੂੰ ਮੇਰੀ ਬੇਟੀ ਨੂੰ ਤਲਾਕ ਦੇ ਦਿੱਤੀ ਏ ਮੇਰੀ ਬੇਟੀ ਤੇਰੀ ਬੀਵੀ ਨਹੀਂ ਰਹੀ ਪਰ ਬੱਚੇ ਤੇ ਅਜੇ ਵੀ ਤੇਰੇ ਨੇ ਮੈਂ ਤੇਰੇ ਬੱਚਿਆਂ ਨੂੰ ਕਿਉਂ ਰੁੜਾਵਾਂ ਮੈਂ ਕਿਉਂ ਤੇਰੀਆਂ ਬਦਦੁਆਵਾਂ ਲਵਾਂ ਜਦੋਂ ਤੇਰਾ ਦਿਲ ਕਰੇ ਤੂੰ ਆ ਕੇ ਆਪਦੇ ਬੱਚਿਆਂ ਨੂੰ ਮਿਲ ਸਕਣਾ ਏ ਜਦੋਂ ਤੇਰਾ ਦਿਲ ਕਰੇ ਤੇ ਨਾ ਬੱਚਿਆਂ ਦੇ ਸਿਰ ਤੇ ਦਸਤੇ ਸ਼ਬਕਤ ਰੱਖ ਸਕਣਾ ਏ ਅੱਲਾ ਅੱਲਾ ਮੈਂ ਕੁਰਬਾਨ ਜਾਵਾਂ ਹਜ਼ਰਤ ਦੀ ਵਕਾਰ ਇਹ ਕੁਝ ਬੱਚਿਆਂ ਦੇ ਹਕੂਕ ਨੇ ਜਿਹੜੇ ਅਦਾ ਕਰਨੇ ਜ਼ਰੂਰੀ ਨੇ ਇਹ ਕੁਝ ਮੁਤਲਕਾ ਔਰਤ ਦੇ ਹਕੂਕ ਨੇ ਜਿਹੜੇ ਅਦਾ ਕਰਨੇ ਜ਼ਰੂਰੀ ਨੇ ਜੇ ਕਿਤੇ ਬੀਵੀ ਦਾ ਇਰਾਦਾ ਵੀ ਹੋਵੇ ਚਲੋ ਕੋਈ ਗੱਲ ਨਹੀਂ ਉਸ ਵਿਚਾਰੀ ਦਾ ਧੀ ਦਾ ਦਿਲ ਨਰਮ ਹੀ ਹੋਵੇ ਚਲੋ ਮੈਨੂੰ ਮੇਰੇ ਖਾਵਦ ਨੇ ਤਲਾਕ ਦੇ ਦਿੱਤੀ ਏ ਮੇਰੇ ਬੱਚੇ ਨੇ ਜਿਵੇਂ ਮੇਰੇ ਨੇ ਐਵੇਂ ਆਉਂਦੇ ਨੇ ਜਿਵੇਂ ਮੇਰੇ ਤੋਂ ਜਦਾ ਹੋਣ ਤੇ ਰੋਂਦੇ ਨੇ ਐਵੇਂ ਆਪਣੇ ਅੱਬੇ ਨੂੰ ਵੀ ਤੇ ਯਾਦ ਕਰਕੇ ਰੋਂਦੇ ਨੇ ਅਗਰ ਉਹ ਵਿਚਾਰੀ ਦਾ ਦਿਲ ਨਰਮ ਹੀ ਹੋਵੇ ਨਾ ਤੇ ਬਾਪ ਹੀ ਦਿਲ ਸਖਤ ਕਰ ਦਿੰਦਾ ਭਰਾ ਹੀ ਦਿਲ ਸਖਤ ਕਰ ਦਿੰਦੇ ਨੇ ਤੂੰ ਰਹਿੰਦੀ ਨਹੀਂ ਉਹਨੂੰ ਮਨਾਉਣ ਵਾਲੀ ਉਹਨੇ ਸਾਡੀ ਇੱਜ਼ਤ ਨਾਪ ਦਿੱਤੀ ਇੰਜ ਕਰਤਾ ਤੂੰ ਹੁਣ ਬਾਲ ਨੂੰ ਮਨਾਉਂਦੀ ਫਿਰਨੀ ਹੈ ਤੂੰ ਹੁਣ ਬਾਲ ਨੂੰ ਮਿਲਾਉਂਦੀ ਫਿਰਨੀ ਹੈ ਨਾ 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 ਇਹ ਸ਼ਰੀਅਤ ਕਾ ਕਾਨੂੰਨ ਨਹੀਂ ਹੈ ਇਹ ਤੁਹਾਡੇ ਆਪ ਦੀ ਬਣਾਏ ਹੋਏ ਕਾਨੂੰਨ ਨੇ